ਹਾਂਜੀ ਬੱਚੋ, ਡੇਲੀ ਦੀ ਤਰ੍ਹਾਂ ਆਪਾਂ ਫੇਰ ਅੱਜ ਕੁਐਸਚਨ ਪੁੱਛ ਰਹੇ ਮੈਥ ਦੇ, ਓਰਲ ਕੁਐਸਚਨ, ਤੇ ਤੁਸੀਂ ਧਿਆਨ ਨਾਲ ਸੁਣਨਾ ਤੇ ਇਹਨਾਂ ਦੇ ਜਵਾਬ ਦੇਣੇ। ਬਾਹਰੋਂ ਵੀ ਕੋਈ ਵੀ ਅਧਿਆਪਕ ਆਉਂਦਾ ਹੈ ਤਾਂ ਉਵੇਂ ਦੇ ਸਵਾਲ ਤੁਹਾਨੂੰ ਪੁੱਛ ਸਕਦੇ ਆ, ਠੀਕ ਹੈ? ਅਗਰ ਤੁਸੀਂ ਹੁਣ ਸੋਲਵ ਕਰੋਗੇ ਤਾਂ ਤੁਹਾਨੂੰ ਉਦੋਂ ਵੀ ਈਜ਼ੀ ਲੱਗਣਗੇ ਸਵਾਲ, ਠੀਕ ਹੈ? ਕਮਲ ਰੈਡੀ ਹੋ? ਬੁੱਟਾ ਸਿੱਧਾ ਬੈਠ। ਹਾਂਜੀ ਧਿਆਨ ਨਾਲ ਸੁਣੋ, ਇਹ ਦੇਖ ਲਿਓ ਵੀ ਜੋੜ ਕਰਨਾ ਹੈ, ਘਟਾਓ, ਗੁਣਾ, ਭਾਗ, ਪਹਿਲਾਂ ਇਹ ਚੀਜ਼ ਸਹੀ ਕਰੋਗੇ ਫਿਰ ਹੀ ਤੁਹਾਡਾ ਸਵਾਲ ਠੀਕ ਹੋਊਗਾ। ਇੱਕ ਦੂਜੇ ਨੂੰ ਦਿਖਾਓਗੇ ਨਹੀਂ, ਜਿਹੜੀ ਟੀਮ ਪਹਿਲਾਂ ਹੱਥ ਖੜਾ ਕਰੂ ਉਹ ਟੀਮ ਤੋਂ ਸਵਾਲ ਪੁੱਛਿਆ ਜਾਊ, ਉਹ ਟੀਮ ਦੇ ਦੂਜੇ ਬੱਚੇ ਤੋਂ ਵੀ ਸਵਾਲ ਪੁੱਛਿਆ ਜਾ ਸਕਦਾ। ਇਹ ਕੋਈ ਜ਼ਰੂਰੀ ਨਹੀਂ ਸਿਰਫ ਜਿਹਨੇ ਹੱਥ ਖੜਾ ਕਰਿਆ ਉਹਨੂੰ ਹੀ ਪੁੱਛਿਆ ਜਾਊ, ਠੀਕ ਹੈ? ਮੈਂ ਬਿਲਕੁਲ ਨਹੀਂ ਕਰਨੀ, ਪਰ ਕੱਢਣਾ ਸਾਰੀ ਟੀਮ ਨੇ ਹੀ ਹੈ, ਕਿਤੇ ਵੀ ਇਹ ਦੇਖੋ ਵੀ ਮੇਰੀ ਟੀਮ ਦਾ ਇਕੱਲਾ ਇਹੀ ਬੱਚਾ ਜਵਾਬ ਦੇ ਦੇ, ਮੈਂ ਕਰਾਂ ਹੀ ਨਾ। ਅਸ਼ਮਨ ਸਮਝ ਆ ਰਹੀ ਹੈ? ਹਾਂਜੀ, ਇੱਕ ਢੋਲ ਵਿੱਚ 80 ਲੀਟਰ ਪਾਣੀ ਹੈ, ਢੋਲ ਵਿੱਚ 80 ਲੀਟਰ ਪਾਣੀ ਹੈ, ਜੇਕਰ ਉਸ ਪਾਣੀ ਨੂੰ 5 ਬਾਲਟੀਆਂ ਵਿੱਚ ਭਰਨਾ ਹੈ ਤਾਂ ਇੱਕ ਬਾਲਟੀ ਵਿੱਚ ਕਿੰਨਾ ਪਾਣੀ ਹੋਵੇਗਾ? ਇੱਕ ਢੋਲ ਵਿੱਚ 80 ਲੀਟਰ ਪਾਣੀ ਹੈ, ਜੇਕਰ ਉਸ ਪਾਣੀ ਨੂੰ 5 ਬਾਲਟੀਆਂ ਵਿੱਚ ਭਰਨਾ ਹੈ ਤਾਂ ਇੱਕ ਬਾਲਟੀ ਵਿੱਚ ਕਿੰਨਾ ਪਾਣੀ ਹੋਵੇਗਾ? ਤੂੰ ਨਹੀਂ ਕਰਿਆ, ਕਰੋ, ਲੁਕੋ ਲਓ ਆਪਦਾ ਆਂਸਰ, ਦੂਜੇ ਨੂੰ ਦਿਖਾਈ ਜਾਂਦੇ ਹੋ। ਕਿਹੜੀ ਟੀਮ ਦਾ ਹੱਥ ਖੜਾ ਕਰ? ਠੀਕ ਹੈ, ਕੋਈ ਨਾ। ਹਾਂਜੀ ਅਸ਼ਮਨ, ਹੈਂ ਆਕਾਸ਼ ਤੁਹਾਡਾ? ਹਾਂਜੀ ਕਿਰਨ, ਕਿੰਨਾ? ਹਾਂਜੀ ਏਕਮ, ਹੈਂ ਕੀ ਆਂਸਰ ਹੋਊਗਾ? ਦੁਬਾਰਾ ਇੱਕ ਵਾਰ ਸੁਣਾਵਾਂ ਮੈਂ ਕੁਐਸਚਨ, ਕਹਿੰਦੇ 80 ਲੀਟਰ ਪਾਣੀ ਹੈ, 80 ਲੀਟਰ ਪਾਣੀ ਹੈ, ਉਹਨੂੰ ਪਾਣੀ ਨੂੰ 5 ਬਾਲਟੀਆਂ ਵਿੱਚ ਭਰਨਾ ਤਾਂ ਇੱਕ ਬਾਲਟੀ ਵਿੱਚ ਕਿੰਨਾ ਪਾਣੀ ਹੋਵੇਗਾ? ਇੱਕ ਬਾਲਟੀ ਵਿੱਚ ਕਿੰਨਾ ਹੋਵੇਗਾ? 16, ਇਹਦਾ ਜਵਾਬ ਹੈ 16 ਅਸ਼ਮਨ ਦਾ ਲਗਾ। ਦੇਖ ਲਾ ਮਣੀ ਤੇਰਾ ਆਂਸਰ, ਆਕਾਸ਼ ਨਾਲੇ ਆਕਾਸ਼ ਨੇ ਤੇਰੇ ਚੋਂ ਦੇਖਿਆ, ਲਕੋਏ ਆਪਦਾ ਆਂਸਰ, ਤੁਹਾਨੂੰ ਪਤਾ ਕਿਉਂ ਨਹੀਂ ਲੱਗ ਰਿਹਾ? ਉਹ 80 ਲੀਟਰ ਪਾਣੀ ਨੂੰ 5 ਬਾਲਟੀ ਵਿੱਚ ਵੰਡ ਰਹੇ ਹੈ ਉਹਦੇ ਵਿੱਚ, ਯਾਨੀ ਕਿ ਪਾਣੀ 80 ਲੀਟਰ ਤੋਂ ਘੱਟ ਜੂ ਨਾ, ਜਦੋਂ ਇੱਕ ਬਾਲਟੀ 'ਚ ਜਾਊ ਉਹਨਾਂ ਦੀ ਏ ਹੈ, ਇਹਨਾਂ ਦੀ ਬੀ ਹੈ। ਆ ਰਹੀ ਸਮਝ ਕੀ ਆਂਸਰ ਹੈ ਇਹਦਾ? ਕੀ ਹੋਇਆ ਸੀ, ਭਾਗ ਜਾਂ ਗੁਣਾ? ਹਾਂਜੀ ਨੈਕਸਟ ਪ੍ਰਸ਼ਨ ਸੁਣੋ, ਧਿਆਨ ਨਾਲ ਸੁਣਿਓ, ਨੰਬਰ ਘੱਟ ਜਾਣਗੇ ਦੇਖ ਲਓ ਜੇ ਐਵੇਂ ਕਰੋਗੇ। ਇੱਕ ਹਾਲ ਦੀਆਂ 7 ਕਤਾਰਾਂ ਵਿੱਚ 637 ਲੋਕ ਬੈਠੇ ਹਨ, ਇੱਕ ਹਾਲ ਦੀਆਂ, ਇੱਕ ਹਾਲ ਹੈ, ਹਾਲ ਕਮਰਾ ਵੱਡਾ, 7 ਕਤਾਰਾਂ ਵਿੱਚ 7 ਲਾਈਨਾਂ ਨੇ, 637
637 ਲੋਕ ਬੈਠੇ ਹਨ ਉਸ ਹਾਲ ਦੇ 7 ਕਤਾਰਾਂ ਦੇ ਵਿੱਚ 637 637 ਲੋਕ ਬੈਠੇ ਹਨ। ਹਰ ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ? ਆਪਦਾ ਆਪਦਾ ਕਰੋ, ਲਕੋ ਇੱਕ ਦੂਸਰੇ ਤੋਂ। 637 ਲੋਕ ਉਸ ਹਾਲ 'ਚ ਬੈਠੇ ਨੇ ਪਰ 7 ਲਾਈਨਾਂ 'ਚ ਬੈਠੇ ਨੇ। ਹੁਣ ਤੁਸੀਂ ਦੇਖੋ ਇੱਕ ਲਾਈਨ 'ਚ ਕਿੰਨੇ ਬੈਠੇ ਹੋਣਗੇ? ਫਿਰ ਕੀ ਟੀਮ ਹਾਰ ਜੂਗੀ? ਛੇ ਸੌ ਸੈਂਤੀ ਲੋਕ ਬੈਠੇ ਨੇ ਇੱਕ ਹਾਲ ਦੇ ਵਿੱਚ, ਤੂੰ ਵੀ ਕਰ ਲੈ ਕੁੜੀਏ। ਤੈਂ ਵੀ ਕਰ ਲਿਆ, ਕਿੰਨਾ ਆਇਆ? 304। ਲਕੋ ਲੋ ਆਪਦਾ ਆਂਸਰ। ਹਾਂਜੀ ਅਰਸ਼ੀ। ਕਿਰਨ ਤੇਰਾ? 56 ਜਾਂ 91? ਬੁੱਟੇ ਤੇਰਾ ਇੱਕ ਵੀ ਨਹੀਂ ਆਂਸਰ ਨਿਕਲ ਰਿਹਾ। ਉਹਨਾਂ ਦੀ ਟੀਮ ਦਾ ਲਗਾ 91 ਆਊਗਾ ਇਹਦਾ। ਇੱਕ ਲਾਈਨ ਚ 91 ਬੰਦੇ ਬੈਠੇ ਨੇ। ਇੱਕ ਲਾਈਨ ਚ ਕਿੰਨੇ ਬੰਦੇ ਬੈਠੇ ਨੇ? ਹਾਂ ਤਾਂ 7 ਲਾਈਨਾਂ ਸੀ, ਟੋਟਲ 637 ਬੰਦੇ ਬੈਠੇ ਸੀ। ਕਮਲ ਨੇ ਕੋਈ ਨਹੀਂ ਦਿਮਾਗ ਲਗਾਇਆ, ਨਾ ਜਸਪ੍ਰੀਤ ਨੇ ਲਗਾਇਆ, ਨਾ ਅਰਸ਼ ਨੇ। ਬੁੱਟਾ ਤਾਂ ਲਗਾ ਹੀ ਨਹੀਂ ਰਿਹਾ। ਹਾਂ ਹਾਂਜੀ, ਬਾਕੀ ਬੱਚੇ ਦੇਖੋ, ਇੱਕ ਬਾਲਟੀ ਵਿੱਚ 30 ਲੀਟਰ ਦੁੱਧ ਪੈਂਦਾ ਹੈ। ਇੱਕ ਬਾਲਟੀ ਵਿੱਚ 30 ਲੀਟਰ ਦੁੱਧ ਪੈਂਦਾ ਹੈ, 13 ਬਾਲਟੀਆਂ ਵਿੱਚ ਕਿੰਨੇ ਲੀਟਰ ਦੁੱਧ ਪਵੇਗਾ? ਧਿਆਨ ਨਾਲ ਕਰਿਓ, ਇੱਕ ਬਾਲਟੀ ਵਿੱਚ 30 ਲੀਟਰ ਦੁੱਧ ਪੈਂਦਾ, 13 ਬਾਲਟੀਆਂ ਵਿੱਚ ਕਿੰਨੇ ਲੀਟਰ ਦੁੱਧ ਪਵੇਗਾ? ਇੱਕ ਦੂਜੇ ਨੂੰ ਨਾ ਦਿਖਾਓ, ਕਰਨ ਲੱਗ ਗਿਆ ਪਹਿਲਾਂ ਨਾਲੋਂ। ਹੈ ਬੇਟਾ ਇਹ ਜ਼ਰੂਰ ਧਿਆਨ ਦਿਆ ਕਰੋ। ਮਨਜੋਤ ਹਟ ਜਾ। ਇਹ ਧਿਆਨ ਜ਼ਰੂਰ ਰੱਖਿਆ ਕਰੋ ਕਿ ਕੁਐਸਚਨ ਦੇ ਵਿੱਚ ਭਾਗ ਹੋਊਗਾ, ਗੁਣਾ, ਜੋੜ, ਘਟਾਓ। ਜਦੋਂ ਤੁਸੀਂ ਕੁਝ ਹੋਰ ਕਰ ਲਿਆ ਤਾਂ ਤੁਹਾਡਾ ਸਵਾਲ ਦਾ ਜਵਾਬ ਗਲਤ। ਬੁੱਟੇ ਤੂੰ 395। ਜਸਪ੍ਰੀਤ ਕਿੰਨਾ ਆਂਸਰ ਹੈ? ਤੇਰੀ ਗਲਤੀ ਕਿੱਥੇ ਹੋ ਗਈ? ਜਦੋਂ 13 ਨੂੰ ਇੰਨੀ ਗੇਲ ਜੋੜਨ ਦੀ ਬਜਾਏ ਪਾਗਲਾ ਇਹਨੂੰ ਸਿੱਧਾ ਗੁਣਾ ਕਰ ਲੈਂਦਾ। ਕਦੋਂ ਕਰਦਾ? ਪਰਸੋਂ ਕਰਦਾ। ਫੇਰ ਤੇਰਾ ਟੀਮ ਏ ਲਏਗੀ ਨੰਬਰ। ਉਹਨੂੰ ਇੰਨੀ ਵਾਰ ਜੋੜਨ ਦੀ ਬਜਾਏ ਗੁਣਾ ਕਰਿਆ ਕਰੋ, ਸਿੱਧਾ ਸਿੱਧੀ ਗੁਣਾ। ਆ ਗਈ ਸਮਝ ਕਿਹੜੀ ਟੀਮ ਦਾ ਨੰਬਰ ਲੱਗਿਆ? ਓਕੇ, ਨੈਕਸਟ ਕੁਐਸਚਨ ਸੁਣੋ। ਇੱਕ ਕਤਾਰ ਵਿੱਚ 65 ਬੂਟੇ ਲਗਾਏ ਗਏ ਹਨ। ਇੱਕ ਕਤਾਰ ਵਿੱਚ 65 ਬੂਟੇ ਲਗਾਏ ਗਏ ਹਨ, ਅਜਿਹੀਆਂ 13 ਕਤਾਰਾਂ ਵਿੱਚ ਕਿੰਨੇ ਬੂਟੇ ਲਗਾਏ ਜਾ ਸਕਦੇ ਹਨ? ਇੱਕ ਕਤਾਰ ਵਿੱਚ 65 ਬੂਟੇ ਲਗਾਏ ਗਏ ਹਨ, 65 ਬੂਟੇ
ਅਜਿਹੀਆਂ 13 ਕਤਾਰਾਂ ਵਿੱਚ ਕਿੰਨੇ ਬੂਟੇ ਲਗਾਏ ਜਾ ਸਕਦੇ ਹਨ? ਏਕਮ ਲੁਕੋ, ਆਪਦਾ ਲੁਕੋ, ਤੁਸੀਂ ਗੁਣਾ ਕਰ ਰਹੇ ਹੋ, ਭਾਗ ਕਰ ਰਹੇ ਹੋ, ਜੋੜ ਕਰ ਰਹੇ ਹੋ, ਘਟਾਓ, ਦੂਜੇ ਬੱਚੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਕੋਈ ਨਾ, ਬਾਕੀਆਂ ਨੂੰ ਵੀ ਕੜਾ ਕਰਨ ਦੋ ਹੱਥ। ਇੱਕ ਕਤਾਰ ਵਿੱਚ 65 ਬੂਟੇ ਲਗਾਏ ਗਏ ਹਨ, ਅਜਿਹੀਆਂ 13 ਕਤਾਰਾਂ ਨੇ ਲਾਈਨਾਂ 13 ਬਣਾਤੀਆਂ, ਤਾਂ ਤੁਸੀਂ ਦੱਸੋ ਕਿ ਬੂਟੇ ਕਿੰਨੇ ਲਗਾਏ ਜਾ ਸਕਦੇ ਹਨ? ਤੁਹਾਡੀ ਟੀਮ ਦਾ ਹੱਥ ਖੜਾ ਸੀ ਨਾ ਪਹਿਲਾਂ, ਚੱਲ ਜਸਪ੍ਰੀਤ। ਹਾਂ, ਰੁਕੋ ਰੁਕੋ, ਮਣੀ ਇਹਦਾ ਆਂਸਰ ਹੈ 845। ਹਾਂ, ਇਹਨੇ ਬੋਲਿਆ ਸੀ ਪਹਿਲਾਂ। ਹਾਂਜੀ ਏਕਮ, ਤੈਨੇ ਵੀ ਗਲਤ ਕਰਿਆ ਆਂਸਰ। ਜਿੰਨੇ ਬੂਟੇ ਸੀਗੇ ਤੇ ਜਿੰਨੀਆਂ ਕਤਾਰਾਂ ਸੀ, ਉਹਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਤਾ। ਬੂਟੇ 65 ਸੀ, ਕਤਾਰਾਂ 13 ਸੀਗੀਆਂ, ਤਾਂ ਕੁੱਲ ਕਿੰਨੇ ਬੂਟੇ ਹੋਏ? ਦੋਵਾਂ ਨੂੰ ਗੁਣਾ ਕਰਕੇ 845। ਕਮਲ, ਤੈਨੇ ਕਰਿਆ ਸੀ ਇੱਕ, ਵੈਸੇ ਤੁੱਕਾ ਨਾਲ ਹੱਥੀ ਖੜਾ ਕਰ ਰੱਖਿਆ ਸੀ। ਥੋੜੀ ਜਿਹੀ ਗੁਣਾ ਚ ਗਲਤੀ ਕਰ ਗਈ, ਦੇਖ ਲੈ। ਹਾਂਜੀ, ਲੱਗ ਗਿਆ 845। ਹਾਂਜੀ, ਪੰਜਵਾਂ ਕੁਐਸਚਨ ਸੁਣੋ ਹੁਣ ਤੁਹਾਡਾ, ਫਿਫਥ ਸੌਖਾ, ਠੀਕ ਹੈ? ਸੌਖਾ ਹੈ ਬਿਲਕੁਲ। ਦੇਖਦੇ ਹਾਂ ਕਿਹੜਾ ਬੱਚਾ ਜਲਦੀ ਜੀ ਹੱਥ ਖੜਾ ਕਰਦਾ। ਇੱਕ ਅੱਧਾ ਹੀ ਖੜਾ ਕਰਦਾ, ਬਾਕੀ ਖੜਾ ਨਹੀਂ ਕਰਦੇ ਹੱਥ। ਮਨਜੋਤ, ਐਵੇਂ ਨਾ ਕਰ, ਫਿਰ ਇਹਨਾਂ ਨੂੰ ਪਤਾ ਲੱਗ ਜਾਂਦਾ, ਇਹਨਾਂ ਨੂੰ ਦਿਖ ਜਾਂਦਾ। ਇੱਕ ਬਸਤੇ ਦਾ ਮੁੱਲ 175 ਰੁਪਏ ਹੈ। ਇੱਕ ਬਸਤੇ ਦਾ ਮੁੱਲ 175। ਕਮਲ, 175 ਪਤਾ ਨਾ ਕਿੰਨੇ ਹੁੰਦੇ ਨੇ? ਪੱਕੀ ਗੱਲ? ਕਿਉਂ? ਅੱਛਾ, ਇੱਕ ਬਸਤੇ ਦਾ ਮੁੱਲ 175 ਰੁਪਏ ਹੈ। ਇੱਕ ਬਸਤੇ ਦਾ ਮੁੱਲ 175 ਰੁਪਏ ਹੈ। 8 ਬਸਤਿਆਂ ਖਰੀਦਣ ਲਈ ਕਿੰਨੇ ਰੁਪਿਆਂ ਦੀ ਲੋੜ ਪਵੇਗੀ? ਇੱਕ ਬਸਤੇ ਦਾ ਮੁੱਲ 175 ਰੁਪਏ ਹੈ, 8 ਬਸਤੇ, ਹਰਜੋਤ ਸਿੱਧੇ ਬੈਠੋ, 8 ਬਸਤੇ ਖਰੀਦਣ ਲਈ ਕਿੰਨੇ ਰੁਪਿਆਂ ਦੀ ਲੋੜ ਪਵੇਗੀ? ਬਾਕੀ ਵੀ ਕੱਢੋ। ਇਹ ਤੁਸੀਂ ਬੋਲਦੇ ਵੀ ਹੋ ਔਰ ਹੱਥ ਵੀ ਖੜਾ ਕਰ ਲੈਂਦੇ ਹੋ। ਜਦੋਂ ਹੱਥ ਖੜਾ ਕਰ ਲਿਆ, ਇਟ ਮੀਨਸ ਬੋਲਣਾ ਨਹੀਂ ਹੈਗਾ ਆਂਸਰ, ਵੀ ਬਸ ਦੱਸ ਦੇਣਾ ਵੀ ਮੈਂ ਕੱਢ ਲਿਆ। ਸਿੱਧੇ ਬੈਠੋ। ਏਕਮ, ਬਸਤੇ ਦਾ ਮੁੱਲ 175 ਹੈ, ਦੁਬਾਰਾ ਦੇਖ ਲਓ, ਗੁਣਾ ਭਾਗ ਜੋੜ ਘਟਾਓ, ਜਿਹੜਾ ਕਰਿਆ ਠੀਕ ਹੋਵੇ।
ਜੇ ਗਲਤ ਹੋ ਗਿਆ ਦੇਖ ਲਿਓ, ਦੇਖ ਲਿਆ ਤੈਨੇ ਨਕਲ ਮਾਰ ਲਈ ਉਹਦੇ 'ਚੋਂ, ਆਪ ਹੀ ਕਰਿਆ, ਕਰਤਾ ਦਿਖਾ ਕੇ ਜਾਈ, ਦਿਖਾ ਕਿੱਥੇ ਕਰਿਆ, ਦਿਖਾ 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 ਇੱਧਰ ਆ, ਗਲਤੀ ਨਹੀਂ ਕਰ ਲਈ ਇਹਦੇ ਵਿੱਚ, ਦੇਖ ਛੋਟੀ ਜੀ ਗਲਤੀ ਕਰੀਏ, ਦੇਖ ਕਰ ਗਲਤੀ ਹੈ ਥੋੜੀ ਜੀ, ਦੇਖ ਤਾਂ ਸਹੀ, ਹਾਂਜੀ ਅਰਸ਼ ਤੂੰ ਕੀ ਲਿਖਣ ਲੱਗ ਰਿਹਾ ਇੰਨਾ, ਹਾਂਜੀ ਕਿਰਨ ਆਕਾਸ਼ ਉਹਨੇ ਕਿੰਨਾ ਦੱਸਿਆ ਤੇ ਤੈਨੇ, ਤੂੰ ਦੱਸ ਅਸ਼ਮਨ ਗੁਣਾ ਗਲਤ ਕਰੀਏ ਇੱਥੇ ਤੈਨੇ, ਦੇਖ ਦੁਬਾਰਾ ਗੁਣਾ ਕਰ, ਕਮਲ ਤੇ ਇਹਦੀ ਗੁਣਾ ਦੋਵਾਂ ਦੀ ਗਲਤ ਹੈ, ਅਸ਼ਮਨ ਦੀ ਸਹੀ ਕਰੋ ਆਪਦੀ ਗੁਣਾ, ਦੇਖੀ ਇਹਦੀ ਕਿੱਥੇ ਗਲਤੀ ਹੈ, ਇਹਨੂੰ ਦੱਸ ਕਿੱਥੇ ਗਲਤੀ ਹੋਈ ਹੈ, ਹਾਂਜੀ ਇਹ 1400 ਜਵਾਬ ਦਿੱਤਾ ਸੀ ਪਹਿਲਾਂ ਬੂਟੇ ਨੇ, ਬੂਟੇ ਦੀ ਟੀਮ ਦਾ ਲਗਾ ਇੱਕ ਨੰਬਰ, ਪਹਿਲਾਂ ਹੱਥ ਤੁਹਾਡਾ ਖੜਾ ਕਰਿਆ ਸੀਗਾ ਤਾਂ ਤੁਹਾਨੂੰ ਜਵਾਬ ਦਿੱਤਾ ਗਲਤ, ਫੇਰ ਦੇਖ ਲੈ ਤੈਂ ਵੀ ਰਕਮ ਗਲਤ ਲਿਖੀ ਹੈ, ਇੱਕ ਕਿੰਨੀ ਲਿਖੀ ਹੈ, ਫੇਰ ਵੀ ਗੁਣਾ ਗਲਤ ਹੋਈ ਹੈ, ਦੇਖੀ ਬੁੱਟੇ ਕਿੱਥੇ ਇਹਦੀ ਗੁਣਾ ਗਲਤ, ਫੇਰ ਫੇਰ ਗਲਤ ਹੋ ਗਿਆ ਨਾ, ਦੇਖ ਲੈ ਅਸ਼ਮਨ, ਹਾਂਜੀ ਅਗਲਾ ਦੇਖੋ ਕੁਸ਼ਚਨ, ਦੇਖ ਲਓ ਅੱਗੇ ਪਿੱਛੇ ਜਾ ਰਹੀ ਹੈ ਤੁਹਾਡੀ ਟੀਮ, ਧਿਆਨ ਨਾਲ ਕਰੋ, ਪਹਿਲਾਂ ਕਰ ਲੈਂਦੇ ਹੋ ਤਾਂ ਦੁਬਾਰੇ ਰੀਚੈਕਿੰਗ ਕਰਿਆ ਕਰੋ ਸਵਾਲ ਦੀ, ਕਰਕੇ ਬਸ ਹੱਥ ਖੜਾ ਕਰ ਲਿਆ ਜੀ, ਬਸ ਮੈਂ ਤਾਂ ਕਰਤਾ, ਜੇ ਗਲਤ ਕਰ ਲਿਆ ਫਿਰ, ਹਾਂਜੀ ਅਗਲਾ ਸੁਣੋ ਕੁਸ਼ਚਨ, ਕਮਲ ਧਿਆਨ ਦੇਈ ਜੇ ਟੀਮ ਨੂੰ ਜਿਤਾਉਣਾ ਤਾਂ, ਜੇ ਹਰਾਉਣਾ ਫਿਰ ਦੇਖ ਲੈ ਤੇਰੀ ਮਰਜ਼ੀ ਹੈ, ਹਾਂਜੀ ਕਹਿੰਦੇ ਇੱਕ ਫਰਸ਼ ਲਗਾਉਣ ਲਈ, 490 ਇੱਟਾਂ ਦੀ ਲੋੜ ਹੈ, 490 ਇੱਟਾਂ ਦੀ ਲੋੜ ਹੈ, ਮੇਰੇ ਕੋਲ 358 ਇੱਟਾਂ ਪਹਿਲਾਂ ਹੀ ਘਰ ਵਿੱਚ ਪਈਆਂ ਹਨ, ਇੱਕ ਫਰਸ਼ ਬਣਾਉਣ ਲਈ 490 ਇੱਟਾਂ ਦੀ ਲੋੜ ਹੈ, 358 ਇੱਟਾਂ ਪਹਿਲਾਂ ਹੀ ਘਰ ਵਿੱਚ ਪਈਆਂ ਹਨ, ਪਹਿਲਾਂ 490 ਮਤਲਬ 490, ਲਿਖੋ ਆਪਣਾ ਆਨਸਰ, ਆਨਸਰ ਲਿਖੋ ਮਣੀ, 490 ਇੱਟਾਂ ਦੀ ਲੋੜ ਹੈ, 358 358 ਇੱਟਾਂ ਪਹਿਲਾਂ ਤੋਂ ਹੀ ਘਰ ਵਿੱਚ ਪਈਆਂ ਹਨ, ਤਾਂ ਤੁਸੀਂ ਦੱਸੋ ਮੈਨੂੰ ਹੋਰ ਕਿੰਨੀਆਂ ਇੱਟਾਂ ਮੰਗਵਾਉਣ ਦੀ ਲੋੜ ਪਵੇਗੀ,
ਇੱਕ ਮਿੰਟ ਹੋਰਾਂ ਨੂੰ ਵੀ ਕਰ ਲੈਂਦੇ। ਤੁਸੀਂ ਕਰ ਲਓ, ਕਿੰਨਾ ਟਾਈਮ ਲਗਾਓਗੇ ਕਮਲ? ਕਰਤਾ ਤੈਨੇ ਕਰ ਲਿਆ ਆਕਾਸ਼? ਕਿੰਨਾ? ਕਮਲ ਦੇਖ ਕਿਤੇ ਗਲਤ ਹੋ ਜੇ। ਮਣੀ ਤੇਰਾ ਕਿੰਨਾ? ਸਹੀ ਹੈ ਜੀ। ਤੇਰਾ ਕਿੰਨਾ ਸੀ? 130। ਬੁੱਟੇ ਤੇਰਾ? ਤੂੰ ਤੇਰੀ ਘਟਾਓ ਸਹੀ ਕਰ। ਐ ਦੱਸੋ ਘਟਾਓ ਹੋਇਆ ਕਿ ਗੁਣਾ ਹੋਈ ਹੈ? ਕੀ ਕਰੇ ਤਾਂ ਤੈਨੂੰ ਐ ਨੀ, ਫਿਰ ਕਦੋਂ ਕਰੇਗਾ? ਕਿੰਨਾ ਹੈ? 132। ਹਾਂਜੀ, ਵੈਰੀ ਗੁੱਡ। ਕਮਲ ਨੇ ਦੱਸਿਆ ਵੀ 132 ਲਗਾਓ ਇਹਦਾ ਆਨਸਰ। ਹਾਂਜੀ, ਇੱਕ ਪਾਰਕਿੰਗ ਵਿੱਚ, ਨੈਕਸਟ ਕੁਐਸਚਨ, ਜਲਦੀ ਫੋਕਸ ਕਰੋ ਕਾਪੀ ਤੇ ਆਪਦੀ ਤੇ। ਇੱਕ ਪਾਰਕਿੰਗ ਵਿੱਚ 546 ਕਾਰਾਂ 567 ਸਕੂਟਰ ਖੜੇ ਹਨ। ਦੱਸੋ ਪਾਰਕਿੰਗ ਵਿੱਚ ਕੁੱਲ ਕਿੰਨੇ ਸਾਧਨ ਖੜੇ ਹਨ? 546 ਕਿੰਨੇ ਹੁੰਦੇ ਆ ਇੰਗਲਿਸ਼ 'ਚ? 546 ਤਾਂ ਕਾਰਾਂ ਨੇ, 567 ਸਕੂਟਰ ਨੇ। ਤੁਸੀਂ ਚੁੱਪ ਕਰ ਦਿਓ ਮਿੰਟ। ਤਾਂ ਤੁਸੀਂ ਦੱਸਣਾ ਕਿ ਕਿੰਨੇ ਸਾਧਨ ਖੜੇ ਨੇ ਪਾਰਕਿੰਗ ਦੇ ਵਿੱਚ, ਕਿੰਨੇ ਸਾਧਨ ਖੜੇ ਨੇ? ਜਿਹਨੂੰ ਨਹੀਂ ਆਉਂਦਾ ਨਾ, ਮੈਨੂੰ ਉਹਦੀ ਪਤਾ ਲੱਗ ਜਾਂਦਾ ਵੀ ਇਹਨੂੰ ਨਹੀਂ ਆ ਰਿਹਾ। ਕਮਲ, ਜਸਪ੍ਰੀਤ, ਤੁਸੀਂ ਵੀ ਕੱਢੋ ਜਲਦੀ। ਪਹਿਲਾਂ ਇਹਨਾਂ ਦੀ ਟੀਮ ਦਾ ਖੜਾ ਸੀ ਨਾ। ਕਾਰਾਂ ਸੀ, 567 ਸਕੂਟਰ ਸੀ ਬੇਟਾ। ਬਸ ਹਾਂਜੀ, ਤਾਂ ਦੱਸੋ ਕਿ ਉੱਥੇ ਕਿੰਨੇ ਸਾਧਨ ਖੜੇ ਸੀ? ਹਾਂਜੀ ਬੂਟੇ, ਤੇਰੇ ਕਿੰਨੇ? ਹੱਥ ਤਾਂ ਖੜਾ ਨੀ ਕਰਿਆ, ਬੈਠ ਕੇ ਦੱਸਣਾ ਸੀ। ਜਦੋਂ ਤੁਹਾਡਾ ਹੱਥ ਖੜਾ ਨੀ, ਚਾਹੇ ਤੁਹਾਡੇ ਜਵਾਬ ਕੱਢ ਲਿਆ ਸਹੀ, ਤਾਂ ਤੁਹਾਡਾ ਕੋਈ ਫਾਇਦਾ ਨੀ। ਨਾ ਇੱਕ ਕਲਾਸ ਸਵਾਲ ਹੋਰ। ਮਨਜੋਤ, ਇਹ ਗਲਤ ਤੇਰੀ। ਚੰਗੀ ਤਰ੍ਹਾਂ ਹੀ ਦਵਾ ਦੂ ਤੈਨੂੰ ਹੌਸਲਾ। ਕਿਰਨ ਕੋਲ 1000 ਰੁਪਏ ਹਨ, ਸੌਖਾ ਸਵਾਲ ਹੈ ਬਹੁਤ। ਕਿਰਨ ਕੋਲ 1000 ਰੁਪਏ ਹਨ,
ਉਸਨੇ 370 ਰੁਪਏ ਦੀ ਇੱਕ ਫਰਾਕ 370 ਠੀਕ ਹੈ ਰੁਪਏ ਦੀ ਇੱਕ ਫਰਾਕ ਅਤੇ 230 ਰੁਪਏ ਦੀ ਆਪਣੀ ਛੋਟੀ ਭੈਣ ਲਈ ਇੱਕ ਫਰਾਕ ਖਰੀਦੀ। ਜਿਹੜੀ ਇਹਦੀ ਛੋਟੀ ਭੈਣ ਹੈ ਨਾ ਗੁਰਪਾਲ ਉਹਦੇ ਲਈ ਫਰਾਕ ਖਰੀਦੀ। ਉਹਦੀ ਫਰਾਕ ਸਸਤੀ ਆਈ, ਇਹਦੀ ਫਰਾਕ ਉਹਦੀ ਫਰਾਕ ਆਈ ਹੈ 230 ਰੁਪਏ ਦੀ। ਦੇਖੋ ਜੀ ਕਿਰਨ ਕੋਲ 1000 ਰੁਪਏ ਨੇ, ਇਹਨੇ 370 ਰੁਪਏ ਦੀ ਆਪਦੀ ਫਰਾਕ ਖਰੀਦੀ ਹੈ ਤੇ ਆਪਦੀ ਭੈਣ ਲਈ ਖਰੀਦਿਆ ਇਹਨੇ 230 ਰੁਪਏ ਵਾਲੀ ਫਰਾਕ, ਸਸਤੀ ਫਰਾਕ ਭੈਣ ਨੂੰ ਭਰਾਈ ਹੈ। ਆਪਦੀ ਮਹਿੰਗੀ ਲਿਆਂਦੀ ਹੈ ਇਹਨੇ ਆਪਦੀ ਭੈਣ ਨੂੰ ਸਸਤੀ ਦਵਾਈ। ਹੁਣ ਤੁਸੀਂ ਇਹਦੇ ਵਿੱਚ ਇਹ ਦੱਸਣਾ ਕਿ ਉਹਦੇ ਕੋਲ ਕਿੰਨੇ ਰੁਪਏ ਬਚੇ, ਉਹਦੇ ਕੋਲ ਕਿੰਨੇ ਰੁਪਏ। ਹਾਂ ਜਸਪ੍ਰੀਤ ਔਰ ਅਰਸ਼ ਨੂੰ ਹਲੇ ਵੀ ਸਵਾਲ ਸਮਝ ਨਹੀਂ ਆਇਆ, ਆ ਗਿਆ ਹੁਸਨ ਤੈਨੂੰ? 1000 ਰੁਪਏ ਸੀ, ਉਹਨੇ ਆਪਣੀ ਭੈਣ ਨੂੰ ਫਰਾਕ ਦਵਾਈ ਹੈ 370 ਰੁਪਏ ਦੀ ਤੇ 230 ਰੁਪਏ ਨੇ ਆਪਦੀ ਛੋਟੀ ਭੈਣ ਨੂੰ ਦਵਾਤੀ। ਹੁਣ ਦੱਸੋ ਵੀ ਕਿੰਨੇ ਰੁਪਏ ਬਚੇ? ਅੱਛਾ ਐ ਦੱਸੋ ਵੀ ਉਹਦੇ ਕੋ ਉਹਨੇ ਕਿੰਨੇ ਰੁਪਏ ਖਰਚ ਕੀਤੇ? ਸਵਾਲ ਬਦਲ ਗਿਆ, ਚੁੱਪ ਕਰ ਜਾ, ਚੁੱਪ ਹੋ ਜਾ। ਉਹਨੇ ਕਿੰਨੇ ਰੁਪਏ ਖਰਚੇ? ਉਹਨੇ ਕਿੰਨੇ ਰੁਪਏ ਖਰਚੇ? ਅਰਸ਼ ਤੁਸੀਂ ਦੱਸੋ, ਹੈ ਉੱਚੀ ਬੋਲੋ, ਸੁਣ ਨਹੀਂ ਰਿਹਾ। ਅਰਸ਼ੀ ਕਮਲ 1600 ਰੁਪਏ ਤਾਂ ਹੈ ਹੀ ਨਹੀਂ,